ਅੱਜ ਆਪਾਂ ਕਰਨ ਲੱਗੇ ਸੀ ਜੀ ਮਲਾਈ ਕੋਪਤਾ ਤਿਆਰ ਮੈਂ ਕਹਿੰਨੀ ਆ ਨਰਮ ਨਰਮ ਤੇ ਮਲੈਮ ਮਲੈਮ ਆਹਾਂ ਕਿਆ ਬਾਤਾਂ ਨੇ ਗਰਮੀਆਂ ਦੇ ਦੁਪਹਿਰੇ ਤੇ ਦੁਪਹਿਰੇ ਖਾ ਕੇ ਘੰਟਾ ਤੱਕ ਕਰਨਾ ਹੋਵੇ ਰੈਸਟ ਤੇ ਬੜੀਆਂ ਵਧੀਆ ਲੱਗਦੀਆਂ ਜੀ ਇਹੋ ਜਿਹੀਆਂ ਚੀਜ਼ਾਂ ਤੇ ਆਪਾਂ ਤੁਹਾਨੂੰ ਸਾਰਾ ਕੁਝ ਦਿਖਾਉਣ ਲੱਗੇ ਆ ਦੱਸਣ ਲੱਗੇ ਆ ਕਿਵੇਂ ਬਣਾਉਨੇ ਹੈਗੇ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੈਲਥ ਹਰਬਲ 213 ਫੈਮਿਲੀ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਤੁਹਾਨੂੰ ਦੱਸਦੇ ਆਂ ਵੀ ਆਪਾਂ ਲੋਕੀ ਦੇ ਕੋਪ ਤੇ ਕਿਵੇਂ ਬਣਾਉਣੇ ਹੈਗੇ ਜਿਹੜੇ ਕਿ ਗਰਮੀਆਂ ਦੇ ਵਿੱਚ ਬਹੁਤ ਹੀ ਠੰਡੇ ਹੁੰਦੇ ਆ ਲੋਕੀ ਦੀ ਸਬਜ਼ੀ ਬਹੁਤ ਹੀ ਜ਼ਿਆਦਾ ਠੰਡੀ ਹੁੰਦੀ ਹੈ ਜੀ ਕੱਚੀ-ਕੱਚੀ ਅਗਰ ਤੁਸੀਂ ਲੋਕੀ ਲੈ ਕੇ ਆਉਨੇ ਹੋ ਤੁਸੀਂ ਇਹਦੀ ਸਬਜ਼ੀ ਵੀ ਬਣਾਓ ਇਹਦਾ ਜੂਸ ਵੀ ਕੱਢ ਕੇ ਪੀਓ ਜੀ ਤੁਸੀਂ ਬਹੁਤ ਫਾਇਦੇਮੰਦ ਹੁੰਦਾ ਰੈਤਾ ਵੀ ਬਣਦਾ ਹੈਗਾ ਇਹਦਾ ਬੰਦਾ ਹੈਗਾ ਜੀ ਉਹ ਆਪਾਂ ਸਾਰਾ ਕੁਝ ਤੁਹਾਨੂੰ ਦਿਖਾਵਾਂਗੇ ਫਿਲਹਾਲ ਅੱਜ ਆਪਾਂ ਤੁਹਾਨੂੰ ਦਿਖਾਉਨੇ ਆ ਜੀ ਲੋਕੀ ਦੇ ਕੋफ्ते ਬਣਾ ਕੇ ਸਿਖਾਉਨੇ ਤੁਹਾਨੂੰ ਵੀ ਆਪਾਂ ਕੁੜੀਓ ਕਿਵੇਂ ਬਣਾਉਣੇ ਹੈਗੇ ਆ ਤੇ ਕਿਵੇਂ ਇਹ ਬੰਦੇ ਨੇ ਤੇ ਕੀ ਕੀ ਇਹ ਫਾਇਦਾ ਕਰਦੇ ਨੇ ਆਪਾਂ ਨੂੰ ਆਜੋ ਫਿਰ ਆਪਾਂ ਲੈ ਲਈ ਜੀ ਇਹਦੀ ਖਾਤਰ ਲੋਕੀ ਤੇ ਲੋਕੀ ਆਪਾਂ ਚੱਕ ਕੇ ਲਈ ਜੀ ਛਿੱਲ ਠੀਕ ਹੈ ਜੀ ਇਹ ਵੈਸੇ ਤਾਂ ਐਵੇਂ ਵੀ ਕਦੂਕਾਸ ਹੋ ਜਾਂਦੀ ਹੁੰਦੀ ਹੈ ਵਧੀਆ ਬੰਦੇ ਆ ਤੇ ਪਰ ਮੈਂ ਥੋੜੇ ਜਿ ਛਿੱਲ ਲੇ ਉਹ ਫਿਰ ਬੱਚੇ ਆਏ ਹੋਏ ਨੇ ਉਹ ਖਾਂਦੇ ਨਹੀਂ ਹੈਗੇ ਉਤੋਂ ਛਿਲਕੇ ਵਾਲੀ ਚੀਜ਼ ਹਨਾ ਜਵਾਕਾਂ ਦੇਵੇਂ ਹੁੰਦਾ ਭਾਈ ਹੌਲੀ ਹੌਲੀ ਤਾਂ ਗਿਜ ਜਾਣਗੇ ਤੇ ਇਹਨਾਂ ਨੂੰ ਗਿਝਾਵਾਂਗੇ ਆਤ ਪਾਵਾਂਗੇ ਵੈਸੇ ਛਿਲਕੇ ਵਾਲੀ ਕੋ ਲੋਕੀ ਵੀ ਵਧੀਆ ਹੁੰਦੀ ਹੈਗੀ ਹੈ ਸਵਾਦ ਬੰਦੀ ਹੈਗੀ ਹੈ ਆ ਦੇਖੋ ਤੁਸੀਂ ਆਪਾਂ ਨੇ ਕੀ ਕੀਤਾ ਜੀ ਕਰਕੇ ਚੱਕ ਕੇ ਤੇ ਇਹਨੂੰ ਕਦੂਕਾਸ ਕਰਤਾ ਠੀਕ ਹੈ ਜੀ ਏ ਵਿਚਾਰਾ ਕਦੇ ਮੂੜੀਆਂ ਕਸ ਕਰਤਾ ਇਹਨੇ ਤੇ ਕਦੇ ਕੱਦੂ ਕਸ ਕਰਤਾ ਕਦੇ ਆਲੂ ਕਸ ਕਰਤਾ ਕਦੇ ਪਿਆਜ਼ ਕਸ ਕਰਤਾ ਇਹਦਾ ਕੰਮ ਹੀ ਵਿਚਾਰੇ ਦਾ ਇਹ ਹੈ ਚਲੋ ਜੇ ਹੋ ਜਾ ਕਿਸੇ ਦਾ ਕੰਮ ਆਉਨੇ ਹੋ ਜਾ ਕੰਮ ਕਰਨਾ ਆ ਚੱਕੋ ਜੀ ਆਪਾਂ ਪਾ ਲਿਆ ਇਹਨੂੰ ਡੋਂਗੇ ਦੇ ਵਿੱਚ ਤੇ ਡੋਂਗਾ ਆਪਾਂ ਚੱਕਿਆ ਜੀ ਤੇ ਇਹਦੇ ਵਿੱਚ ਹੁਣ ਆਪਾਂ ਰੱਖ ਲਿਆ ਜੀ ਟ੍ਰੇ ਦੇ ਵਿੱਚ ਤੇ ਟ੍ਰੇ ਦੇ ਵਿੱਚ ਰੱਖ ਕੇ ਹੁਣ ਡੋਂਗਾ ਤੇ ਚਲੋ ਵਧੀਆ ਲੱਗਦਾ ਇਹਦੇ ਵਿੱਚ ਪਿਆ ਹਨਾ ਤੇ ਉੱਤੇ ਚੱਕ ਕੇ ਆਪਾਂ ਪਾਤਾ ਜੀ ਥੋੜਾ ਜਿਹਾ ਬੇਸਣ ਬੇਸਣ ਆਪਦੇ ਹਿਸਾਬ ਨਾਲ ਪਾਵਾਂਗੇ ਜਿੰਨੇ ਕੁ ਚੋ ਉਹ ਵਧੀਆ ਬਣ ਜਾਣਗੇ ਤੇ ਆ ਦੇਖੋ ਤੁਸੀਂ ਹੁਣ ਆਪਾਂ ਇਹਨੂੰ ਬੇਸਨ ਪਾ ਕੇ ਤੇ ਹੁਣ ਇਹਨੂੰ ਕਰ ਲੈਣਾ ਜੀ ਤਿਆਰ ਤੇ ਉੱਤੇ ਪਾਤਾ ਜੀ ਆਪਾਂ ਜੀਰਾ ਤੇ ਬੇਸਨ ਆਪਣਾ ਹੱਥਾਂ ਚੋਂ ਝੜ ਕੇ ਤੇ ਆ ਆ ਗਿਆ ਜੀ ਉੱਤੇ ਚਲੋ ਕੋਈ ਨਹੀਂ ਇਹ ਵੀ ਕਰਦੇ ਆ ਸਾਫ ਤੇ ਥੋੜਾ ਜਿਹਾ ਪਾ ਦੇਾਂਗੇ ਜੀ ਨਮਕ ਹਨਾ ਥੋੜਾ ਜਿਹਾ ਪਾਵਾਂਗੇ ਤਾਂ ਕਿ ਇਹ ਕਰਾਰੇ ਜੇ ਬਣ ਜਾਣ ਤੇ ਸਬਜੀ ਚ ਪਏ ਫਿੱਕੇ ਨਾ ਲੱਗਣ ਤੇ ਮਾੜੀਆਂ ਜੀਆਂ ਪਾਤੀਆਂ ਮਿਰਚਾਂ ਤੇ ਮਾੜੀ ਜੀ ਪਾਤੀ ਹਲਦੀ ਤਾਂ ਕਿ ਰੰਗ ਫੜਿਆ ਉਹਨ ਤੇ ਥੋੜਾ ਜਿਹਾ ਪਾਤਾ ਜੀ ਆਪਾਂ ਗਰਮ ਮਸਾਲਾ ਜਿਹੜਾ ਕਿ ਆਪਾਂ ਘਰੇ ਤਿਆਰ ਕਰਦੇ ਹੁੰਨੇ ਆ ਆਥੋਨਮ ਐਪ ਦਿਖਾਇਆ ਵੀ ਹੈਗਾ ਬਣਾਉਣਾ ਹਨਾ ਤੇ ਚਲੋ ਕੋਈ ਗੱਲ ਨਹੀਂ ਤੁਸੀਂ ਨਹੀਂ ਦੇਖਿਆ ਤਾਂ ਦੇਖ ਲਿਓ ਆ ਚੱਕੋ ਜੀ ਤੇ ਆਪਾਂ ਹੁਣ ਇਹਨੂੰ ਕਰਤਾ ਜੀ ਇਹਦੇ ਵਿੱਚ ਮਿਕਸ ਮਿਕਸ ਕਰਕੇ ਆਪਾਂ ਵਧੀਆ ਮਲੈ ਮਲੈ ਬਣਾਉਣੇ ਨੇ ਜੀ ਬਹੁਤ ਵਧੀਆ ਮਲਾਈ ਕੋਫਤਾ ਬਣਦਾ ਹੈਗਾ ਠੀਕ ਹੈ ਜੀ ਤੇ ਆਪਾਂ ਤੁਹਾਨੂੰ ਦੱਸਾਂਗੇ ਵੀ ਆਪਾਂ ਮਲਾਈ ਪਾਉਣੀ ਕਦੋਂ ਹੈ ਓਕੇ ਆ ਚੱਕੋ ਜੀ ਤੁਸੀਂ ਧਰ ਲਈ ਆ ਪਕੜਾ ਹੀ ਆ ਲੋ ਇਹ ਗੈਸ ਨੂੰ ਪਤਾ ਨਹੀਂ ਕੀ ਹੋ ਗਿਆ ਹੈ ਅੱਡਪੋ ਮੁੱਕੇ ਜੇ ਮਾਰੀ ਜਾਂਦਾ ਹੈਗਾ ਹੁਣ ਇਹਨੂੰ ਕੜਾਹੀ ਨੂੰ ਉੱਤੋਂ ਲਾਉਣਾ ਪਊਗਾ ਲਾ ਕੇ ਇਹਨੂੰ ਛੱਡਣਾ ਪਊਗਾ ਕਈ ਵਾਰੀ ਇਹ ਗੈਸ ਫੈਲਰ ਜਾਂਦੀ ਆਸੇ-ਪਾਸੇ ਤੇ ਠਾ ਠਾ ਕਰਨ ਲੱਗ ਜਾਂਦਾ ਹੈਗਾ ਇਹ ਭਾਈ ਕੀ ਕਰੀਏ ਚਲੋ ਕੋਈ ਗੱਲ ਨਹੀਂ ਹਨਾ ਇਹ ਆਪਾਂ ਹੁਣ ਉਹਦੇ ਉੱਤੇ ਰੱਖਤਾ ਤੇ ਵਿੱਚ ਪਾ ਦਿਆਂਗੇ ਜੀ ਆਪਾਂ ਇਹਦੇ ਨਾਰੀਅਲ ਦਾ ਤੇਲ ਨਾਰੀਅਲ ਦਾ ਤੇਲ ਪਾ ਕੇ ਆਪਾਂ ਇਹਨਾਂ ਨੂੰ ਤੜਕ ਲੈਣਾ ਸਰੋਂ ਦਾ ਤੇਲ ਵੀ ਪੈ ਜਾਂਦਾ ਜੀ ਇਹਨਾਂ ਦੇ ਵਿੱਚ ਤੇ ਨਾਰੀਅਲ ਦਾ ਤੇਲ ਵੀ ਪੈ ਜਾਂਦਾ ਮੈਂ ਪਾਇਆ ਸੀ ਨਾਰੀਅਲ ਦਾ ਤੇਲ ਠੀਕ ਹੈ ਜੀ ਵੈਸੇ ਮੈਂ ਨਾਰੀਅਲ ਦਾ ਤੇਲ ਹੀ ਖਾਨੀਆ ਜਿਆਦਾ ਜਦੋਂ ਕੋਈ ਆ ਕਰ ਜਾਂਦਾ ਨਾ ਫਿਰ ਅਗਲਾ ਕਹਿ ਦਿੰਦਾ ਪਤਾ ਨਹੀਂ ਇਹਦੇ ਚ ਬਾਸ਼ ਨਾ ਆਉਂਦੀ ਹੈਗੀ ਫਿਰ ਉਦੋਂ ਸਰੋਂ ਦਾ ਤੇਲ ਪਾਉਣਾ ਪੈਂਦਾ ਕਈਆਂ ਸਬਜ਼ੀਆਂ ਚ ਸਰੋਂ ਦਾ ਤੇਲ ਪੈਂਦਾ ਕਿਉਂ ਨਹੀਂ ਪੈਂਦਾ ਤੇ ਕਈਆਂ ਸਬਜ਼ੀਆਂ ਚ ਘਿਓ ਪੈਂਦਾ ਜੀ ਤੇ ਉਹਦੇ ਵਿੱਚ ਘਿਓ ਪਾਲਾਂਗੇ ਆ ਦੇਖੋ ਤੁਸੀਂ ਬੇਸਨ ਕਿਵੇਂ ਉੱਡ ਗਿਆ ਹਨਾ ਹੁਣ ਕੁੜੀਆਂ ਮੈਨੂੰ ਕਮੈਂਟ ਕਰਨਗੀਆਂ ਵੀ ਆਂਟੀ ਤੇਰੇ ਬੇਸਨ ਉੱਡ ਕੇ ਤੇਰੇ ਚੁੱਲ੍ਹੇ ਤੇ ਪੈ ਗਿਆ ਉਸ ਤੇ ਹਨਾ ਚਲੋ ਕੋਈ ਨਹੀਂ ਪੁੱਤ ਇਹ ਬਾਅਦ ਚ ਕਰਾਂਗੇ ਸਾਫ਼ ਆਪਾਂ ਕਿਹੜਾ ਜਿਹੜਾ ਕੰਮ ਕਰਦੇ ਆ ਉਹ ਕਰੀਏ ਹਨਾ ਤੇ ਆ ਦੇਖੋ ਜੀ ਤੁਸੀਂ ਇਹ ਨੂੰ ਆਪਾਂ ਹੁਣ ਗੁੰਨ ਲਿਆ ਜੀ ਤੇ ਇਹਦੇ ਆਪਾਂ ਬਣਾਉਣੇ ਆ ਜੀ ਕੋਪਤੇ ਤੇ ਕੋਪਤੇ ਆਪਾਂ ਕਿਵੇਂ ਬਣਾਉਣੇ ਆਪਾਂ ਪਲੇਟ ਤੇ ਲਾ ਲਿਆ ਜੀ ਥੋੜਾ ਜਿਹਾ ਘਿਓ ਘਿਓ ਲਾ ਕੇ ਆਪਾਂ ਨੇ ਤੇ ਪਲੇਟ ਰੱਖ ਲਈ ਕਿਉਂਕਿ ਆਪਾਂ ਨੂੰ ਚੱਕਣੇ ਸੌਖੇ ਹੋ ਜਾਣ ਇਹ ਹਨਾ ਤੇ ਹੁਣ ਜਦੋਂ ਆਪਾਂ ਬਣਾ ਕੇ ਰੱਖਾਂਗੇ ਨਾ ਤੇ ਫਿਰ ਆਪਾਂ ਨੂੰ ਲਾਉਣੇ ਸੌਖੇ ਹੋ ਜਾਂਦੇ ਨੇ ਉੱਤੋਂ ਇਹ ਅਗਰ ਆਪਾਂ ਮਾੜਾ ਮੋਟਾ ਕੋਈ ਘਿਓ ਘੂ ਲਾਇਆ ਹੋਵੇ ਉਹਦੇ ਉੱਤੇ ਤੇ ਆ ਦੇਖੋ ਤੁਸੀਂ ਗੋਲ ਗੋਲ ਬਣਾ ਲੈਣੇ ਨੇ ਤੇ ਆਪਾਂ ਭਰ ਲੈਣੀ ਹੈ ਪਲੇਟ ਇਹਨਾਂ ਨੂੰ ਬੜਾ ਬਣਾ ਕੇ ਇਹ ਤਾਂ ਪਹਿਲਾਂ ਬਣੇ ਹੋਈ ਸੋਹਣੇ ਲੱਗਦੇ ਆ ਮਲਾਇਮ ਮਲਾਇਮ ਤੇ ਜਦੋਂ ਬਣ ਗਏ ਤੇ ਮੈਂ ਕਹਿੰਦੀ ਆਹਾ ਕੀ ਬਾਤਾਂ ਗਰਮੀਆਂ ਦੇ ਦਿਨ ਹੋਣ ਤੇ ਘੰਟਾ ਭਾਈ ਖਾ ਕੇ ਰੋਟੀ ਪਾਣੀ ਦੁਪਹਿਰੇ ਤੇ ਕਰਨਾ ਹੋਵੇ ਰੈਸਟ ਮੈਂ ਕਹਿੰਦੀ ਲੱਸੀ ਲੂਸੀ ਪੀ ਕੇ ਬਸ ਫਿਰ ਤਾਂ ਨਜ਼ਾਰੇ ਹੀ ਵੱਖਰਾ ਹੁੰਦਾ ਹੈ ਨਾ ਅਤੇ ਆ ਚੱਕੋ ਜੀ ਹੁਣ ਆਪਾਂ ਤੁਹਾਨੂੰ ਤਲਕੇ ਵੀ ਦਿਖਾ ਦੰਨੇ ਆ ਤੇ ਆਪਾਂ ਜੀ ਹੋ ਗਿਆ ਇਹ ਤੇਲ ਗਰਮ ਤੇ ਚੱਕੋ ਚਮਚੇ ਨਾਲ ਇੱਕ ਇੱਕ ਛੁੱਟੋ ਇਹਦੇ ਵਿੱਚ ਜੇ ਹੱਥ ਨਾਲ ਇਹਨੂੰ ਚੱਕ ਕੇ ਪਾਉਣਾ ਤੇ ਫਿਰ ਇਹਦਾ ਡਿਜ਼ਾਈਨ ਬਦਲ ਜਾਂਦਾ ਜੀ ਤੇ ਹੁਣ ਆਪਾਂ ਚਮਚੇ ਨਾਲ ਹੀ ਇਹਨਾਂ ਨੂੰ ਵਿੱਚ ਪਾ ਦੇਣਾ ਹੈਗਾ ਤੇ ਵਿੱਚ ਪਾ ਕੇ ਤੇ ਇਹਨਾਂ ਨੂੰ ਕਰ ਲੈਣਾ ਜੀ ਤਿਆਰ ਤੇ ਮੈਂ ਕਹਿੰਨੀ ਆ ਰਾੜ ਦੇਣੇ ਇਹ ਚੰਗੀ ਤਰ੍ਹਾਂ ਇਹਨਾਂ ਦੇ ਕੋਈ ਕੱਚਾ ਪੜ ਨਾ ਰਹੇ ਜੇ ਹਨਾ ਹਲਕੀ ਅੱਗ ਦੇ ਉੱਤੇ ਇਹਨਾਂ ਨੂੰ ਆਪਾਂ ਰਾੜਨਾ ਹੈਗਾ ਜੀ ਚੰਗੀ ਤਰ੍ਹਾਂ ਤੇ ਇਹਨਾਂ ਦੇ ਬਣ ਗਏ ਜੀ ਪਕੌੜੇ ਗੁਲਗਲੇ ਨਿਕਲ ਗਏ ਜੀ ਇੱਕ ਤਰ੍ਹਾਂ ਦੇ ਹਨਾ ਆ ਦੇਖੋ ਜੀ ਤੁਸੀਂ ਇਹ ਬਣ ਗਏ ਜੀ ਇਹਦੇ ਗੁਲਗਲੇ ਤੇ ਇਹ ਮੈਨੂੰ ਲੱਗਦਾ ਚਿੰਬੜੇ ਨਹੀਂ ਨਹੀਂ ਚਿੰਬੜਦੇ ਨਹੀਂ ਇਹ ਮਾੜੇ ਜੇ ਗਰਮ ਹੋਗੇ ਨਾ ਤੇ ਲੈ ਜਾਣੇ ਹੈਗੇ ਆ ਆਪਾਂ ਚੱਕੀ ਜੀ ਵੱਡੀ ਝਾਰਨੀ ਤੇ ਜਿਹਦੇ ਨਾਲ ਕੀ ਆਪਾਂ ਝਾਰ ਜੀ ਨਾਲ ਇਹਦੇ ਨਾਲ ਕੱਢ ਲੈਣੇ ਨੇ ਇਹ ਬੜੇ ਆਰਾਮ ਨਾਲ ਹਨਾ ਐ ਲੱਗਦਾ ਰਹਿੰਦਾ ਕਿਤੇ ਉਹ ਨਾ ਹੋਵੇ ਕਦੂ ਅੱਡ ਹੋ ਜਾਏ ਤੇ ਵੇਸਾ ਅੱਡ ਹੋ ਜਾਏ ਪਰ ਨਹੀਂ ਹੁੰਦਾ ਆ ਚੱਕੋ ਜੀ ਤੁਸੀਂ ਇਸ ਤਰ੍ਹਾਂ ਬਣਾਇਆ ਕਰੋ ਕੁੜੀਓ ਤੇ ਘਰਦਿਆਂ ਨੂੰ ਵੀ ਖਵਾਇਆ ਕਰੋ ਬੱਚਿਆਂ ਨੂੰ ਖਵਾਇਆ ਕਰੋ ਵੀਰਾਂ ਨੂੰ ਭੈਣਾਂ ਨੂੰ ਸਾਰਿਆਂ ਨੂੰ ਖਵਾਇਆ ਕਰੋ ਤੁਸੀਂ ਤਿਆਰ ਕਰਕੇ ਹਨਾ ਗਰਮੀਆਂ ਚ ਇਹੋ ਜਿਹੀਆਂ ਚੀਜ਼ਾਂ ਬੜੀਆਂ ਅੱਛੀਆਂ ਲੱਗਦੀਆਂ ਨੇ ਕਿਉਂਕਿ ਰੁੱਤ ਰੁੱਤ ਦਾ ਮੇਵਾ ਹੁੰਦਾ ਜੀ ਆ ਚੱਕੋ ਜੀ ਤੁਸੀਂ ਆਪਾਂ ਇਹਨਾਂ ਨੂੰ ਹੁਣ ਇਹਦੇ ਵਿੱਚੋਂ ਕੱਢ ਲੈਣਾ ਹੈਗਾ ਕੱਢ ਕੇ ਤੇ ਆਪਾਂ ਇੱਕ ਕਪੂਰ ਕੱਢ ਲਿਆ ਜੀ ਤੇ ਇਹਨੂੰ ਕੱਢ ਦੇਣਾ ਜੀ ਆਪਾਂ ਆਪਣੀ ਕੀ ਕੀ ਕਹਿੰਦੇ ਹੁੰਦੇ ਆ ਪਲੇਟ ਦੇ ਵਿੱਚ ਪਲੇਟ ਦੇ ਵਿੱਚ ਕੱਢ ਲੈਣਾ ਇੱਕ ਤਾਂ ਭੁੱਲ ਜੰਨੀ ਆ ਗੱਲ ਕਰਦੀ ਕਰਦੀ ਯਾਦ ਨਹੀਂ ਰਹਿੰਦਾ ਤੁਹਾਡੇ ਨਾਲ ਗੱਲਾਂ ਹੀ ਇੰਨੀਆਂ ਡੂੰਗੀਆਂ ਹੋ ਜਾਂਦੀਆਂ ਵੀ ਮੈਂ ਜਿਹੜੀਆਂ ਦੂਜੀਆਂ ਗੱਲਾਂ ਹੁੰਦੀਆਂ ਉਹਨਾਂ ਨੂੰ ਭੁੱਲ ਜੰਨੀ ਆ ਤੁਸੀਂ ਤੁਸੀਂ ਯਾਦ ਰਹਿ ਜੰਨੀਓ ਮੇਰੇ ਚਲੋ ਕੋਈ ਨਹੀਂ ਪੁੱਤ ਆ ਦੇਖੋ ਤੁਸੀਂ ਆ ਹੁਣ ਆਪਾਂ ਦੂਜਾ ਪੂਰ ਵੀ ਕੱਢ ਲੈਣਾ ਜਦੋਂ ਆਪਾਂ ਦੂਜਾ ਪੂਰ ਕੱਢ ਲਿਆ ਤੇ ਬੱਸ ਫਿਰ ਆਪਣੀ ਕੜਾਈ ਹੋ ਜੂਗੀ ਵੇਲੀ ਤੇ ਫੇਰ ਆਪਾਂ ਤੜਕਾ ਫੜਕਾ ਲਾ ਲੈਣਾ ਤੇ ਉਹਦੀ ਖਤਰਾ ਆਪਾਂ ਤੜਕਾ ਵੀ ਤਿਆਰ ਕਰਕੇ ਰੱਖ ਲਿਆ ਦੇਖੋ ਜੀ ਪਿਆਜ਼ ਤੇ ਲਸਣ ਤੇ ਟਮਾਟਰ ਠੀਕ ਹੈ ਜੀ ਇਹਨਾਂ ਨੂੰ ਹੁਣ ਆਪਾਂ ਇਹਨਾਂ ਦਾ ਚੱਕਰ ਸੁੰਡਾ ਜਿਹਾ ਵੀ ਕਰਨਾ ਹੈਗਾ ਤੇ ਉਹ ਵੀ ਮੈਂ ਤੁਹਾਨੂੰ ਦਿਖਾਉਂਗੀ ਤੇ ਕਿਰਾਂ ਤੁਸੀਂ ਆਪਣੇ ਆਪ ਪੂਰ ਕੱਢ ਲਿਏ ਕਿਤੇ ਇਹ ਨਾ ਮੱਚ ਜੇ ਜੇ ਮੱਚ ਗਿਆ ਤੇ ਇਹ ਸਾਰੇ ਗੁਲਗੁਲੇ ਪਕੌੜੇ ਆਪਣੇ ਇੱਥੇ ਹੀ ਖਰਾਬ ਹੋ ਜਾੜੇ ਨੇ ਖਰਾਬ ਤਾਂ ਕੀ ਹੋ ਜਾਣਿਆ ਵਿਚਾਰੇ ਗੱਲ ਕਰੋ ਡਿਜ਼ਾਈਨ ਜਾਂ ਬਦਲ ਜੂਗਾ ਉਹਨਾਂ ਦਾ ਹਨਾ ਫਿਰ ਤੁਸੀਂ ਕਹੋਗੇ ਆਂਟੀ ਤਾਂ ਕੁਡਰ ਹੈ ਆਂਟੀ ਨੂੰ ਪਤਾ ਹੀ ਨਹੀਂ ਲੱਗਿਆ ਹੈਗਾ ਆਂਟੀ ਕੁਡਰ ਨਹੀਂ ਪੁੱਤ ਤੁਹਾਡੀਆਂ ਗੱਲਾਂ 'ਚ ਖੁੱਭੀ ਇੰਨਾ ਜਾਂਦੀ ਆ ਕਿ ਮੈਂ ਸਾਰਾ ਕੁਝ ਭੁੱਲ ਜੰਨੀ ਐ ਆਹ ਦੇਖੋ ਤੁਸੀਂ ਆਪਾਂ ਇਹਦੇ 'ਚ ਪਾ ਕੇ ਹੁਣ ਇਹਦਾ ਕਰਦਨੇ ਜੀ ਚਕਰ ਚੁੰਡਾ ਜਾਂ ਚਲੋ ਜੀ ਇਹਦਾ ਕੰਮ ਆ ਵਿਚਾਰੇ ਦਾ ਇਹ ਕੰਮ ਇਹ ਵਧੀਆ ਚੀਜ਼ਾਂ ਬਣਾਈਆਂ ਨੇ ਹਨਾ ਇਹ ਪਤਾ ਨਹੀਂ ਕਿਹੜੇ ਮੁਲਕ ਨੇ ਤਿਆਰ ਕਰਤੀਆਂ ਆਪਣੇ ਇੰਡੀਆ ਚ ਆ ਗਈਆਂ ਜਿਹੜੀਆਂ ਲੈ ਚੱਕੋ ਜੀ ਮਿੰਟ ਦਾ ਪਿਆਜ ਅੱਗੇ ਜੋ ਲੱਗਦੇ ਆ ਟੁਕਣ ਜੋ ਲੱਗਦੇ ਆ ਉਹਨਾਂ ਨੂੰ ਕੱਟਣਾ ਮੈਂ ਕਹਨੀ ਆ ਆਪਣੇ ਉਂਗਲਾਂ ਵੱਡੀਆਂ ਜਾਂਦੀਆਂ ਸੀਗੀਆਂ ਹੁਣ ਤਾਂ ਉਹ ਕਹਿੰਦੇ ਹੁੰਦੇ ਆ ਇੱਕ ਹੋਰ ਹੀ ਨੌਹਾਂ ਤੇ ਚੜਾਉਣ ਵਾਲਾ ਆ ਗਿਆ ਵੀ ਇਧਰ ਅਧਰ ਕੋ ਖੁਰਚ ਲੋ ਤੇ ਇਧਰ ਲਸਣ ਖੁਰਚ ਲੋ ਮੈਂ ਕਹਨੀ ਆ ਨਵੇਂ ਤੋਂ ਨਵੇਂ ਤਕਨੀਕ ਚੱਲੀ ਪਈ ਹੈ ਜੀ ਸਾਡੇ ਵੇਲੇ ਤਾਂ ਅਸੀਂ ਤਾਂ ਜੋ ਲੈ ਕੇ ਕਰਦਾ ਤੇ ਚਾਕੂ ਰੱਖਦੇ ਹੁੰਦੇ ਸੀ ਸਰਾਣੇ ਬੈਠੇ ਜਿੰਦੇ ਸਿ ਵਿਆਹਾਂ ਸ਼ਾਦੀਆਂ ਵੇਲੇ ਤਾਂ ਜਿਹੜਾ ਮੇਲ ਆਇਆ ਹੁੰਦਾ ਸੀ ਉਸੇ ਨੂੰ ਫੜਾ ਦਿੰਦੇ ਹੁੰਦੇ ਸੀ ਕਹਿ ਦਿੰਦੇ ਸੀ ਆਹ ਲੋ ਜੀ ਆ ਤੁਸੀਂ ਪਿਆਜ਼ ਕੱਟ ਦਿਓ ਹਲਵਾਈ ਤੇ ਮੰਗੇ ਆ ਤੇ ਆਹ ਤੁਸੀਂ ਆਲੂ ਵੱਢ ਦਿਓ ਤੇ ਹਲਵਾਈ ਨੇ ਮੰਗੇ ਆ ਤੇ ਹਲਵਾਈ ਗਾਂ ਫਿਰ ਬਿਹੜੇ ਚ ਹੀ ਫੜਾਇਆ ਉਹਦਾ ਕਹਿ ਦਿੰਦਾ ਜੀ ਆ ਸਾਰਾ ਕੁਝ ਤੁਸੀਂ ਮੈਨੂੰ ਤਿਆਰ ਕਰਕੇ ਦਿਓ ਫਿਰ ਮੈਂ ਤੜਕਾ ਲਾਉਂਗਾ ਲੈ ਦੱਸ ਬਿੱਤੂ ਦੱਸ ਫਿਰ ਕੀ ਕਰੇਗਾ ਫਿਰ ਭਾਈ ਸਾਰਾ ਕੁਝ ਕੱਟ ਵੱਢ ਕੇ ਜਾਣਾ ਪੈਂਦਾ ਸਾਰੇ ਘਰਾਂ ਦੀਆਂ ਕੱਟੀਆਂ ਹੁੰਦੀਆਂ ਤੇ ਆ ਸਾਰੇ ਕੰਮ ਪਹਿਲਾਂ ਆਪ ਨੂੰ ਕਰਨੇ ਪੈਂਦੇ ਸੀ ਹੁਣ ਤਾਂ ਭਾਈ ਮਸ਼ੀਨਾਂ ਕਰਨ ਲੱਗ ਗਈਆਂ ਹਨਾ ਆ ਚੱਕੋ ਜੀ ਆਪਾਂ ਥੋੜਾ ਜਿਹਾ ਜੀਰਾ ਪਾਇਆ ਸੀਗਾ ਤੇਜ ਪੱਤਾ ਪਾਇਆ ਸੀ ਤੇ ਆਪਾਂ ਲਾਤਾ ਜੀ ਤੜਕਾ ਇਹਨਾਂ ਨੂੰ ਆ ਦੇਖੋ ਲਾਲ ਹੋ ਗਏ ਤੇ ਹੁਣ ਆਪਾਂ ਪਾਤਾ ਟਮਾਟਰ ਟਮਾਟਰ ਤਾਂ ਵਿਚਾਰੇ ਥੋੜੇ ਜਿਹਾ ਮੋٹے ਹੀ ਰਹੇਗੇ ਮੈਂ ਖੈਨਾ ਬਾਹਲਾ ਪਾਣੀ ਜਾਂ ਨਿਕਲ ਜੂਗਾ ਇਹਨਾਂ ਦਾ ਜੇ ਵੱਟ ਤੇ ਤਾਂ ਆ ਦੇਖੀ ਚਲੋ ਤੁਸੀਂ ਹੁਣ ਜਿਹੜੀ ਚੀਜ਼ ਪਾਵਾਂਗੇ ਉਹ ਦੇਖਿਓ ਤੁਸੀਂ ਜਿਹੜੀ ਆਪਾਂ ਮਲਾਈ ਪਾਉਣੀ ਹੈ ਜੀ ਉਹ ਹੁਣ ਪਾਵਾਂਗੇ ਮੇਰੀ ਮਲਾਈ ਰੱਖੀ ਪਈ ਸੀਗੀ ਸਪੈਸ਼ਲ ਇਹਦੇ ਵਾਸਤੇ ਮੈਂ ਖੈ ਮਲਾਈ ਕੋਪ ਤੇ ਤਿਆਰ ਕਰਨੇ ਹੈਗੇ ਆ ਤੇ ਉਹ ਆਪਾਂ ਮਲਾਈ ਪਾ ਕੇ ਤਿਆਰ ਕਰਨੇ ਆ ਕਈ ਤਾਂ ਉੱਤੋਂ ਦੀ ਮਲਾਈ ਪਾਉਂਦੇ ਮੈਂ ਨਹੀਂ ਉੱਤੋਂ ਦੀ ਨਹੀਂ ਪਾਉਂਦੀ ਹੈਗੀ ਤੁਸੀਂ ਦੇਖੋ ਹੁਣ ਇਹਨੂੰ ਤੜਕਾ ਲੱਗਦਾ ਤੇ ਆ ਦੇਖੋ ਜੀ ਮਲਾਈ ਆਪਣੇ ਮਸਾਲੇ ਦੇ ਵਿੱਚ ਗਈ ਘੋਲ ਤੇ ਬਹੁਤ ਹੀ ਸਵਾਦ ਬਣਨਗੇ ਇਹ ਤੇ ਹੁਣ ਪਾ ਦਾਂਗੇ ਇਹਦੇ ਵਿੱਚ ਆਪਾਂ ਜਿਹੜਾ ਮੇਨ ਚੀਜ਼ ਹੈ ਜੀ ਨਮਕ ਮਿਰਚ ਮਸਾਲਾ ਜਿਹੜਾ ਕਿ ਆਪਾਂ ਨੂੰ ਇਹਦੇ ਵੇਰਾ ਇੱਕ ਮਿੰਟ ਨਹੀਂ ਸਰਦਾ ਘੜੀ ਨਹੀਂ ਸਰਦਾ ਆਪਾਂ ਜਦੋਂ ਤਿਆਰ ਕਰ ਲੈਨੇ ਆ ਹਨਾ ਸਬਜੀ ਤੇ ਜੇ ਮਾੜਾ ਜਿਹਾ ਵੀ ਘੱਟ ਹੋਵੇ ਤਾਂ ਆਪਾਂ ਦੂਰੀ ਵਾਰ ਪਾਉਂਦੇ ਸਰਦੇ ਰਹਿੰਨੇ ਆ ਚਲੋ ਕੋਈ ਨਹੀਂ ਪਾ ਲਿਆ ਕਰੋ ਜੇ ਘੱਟ ਲੱਗਦਾ ਤੁਹਾਨੂੰ ਭਾਈ ਇਹ ਨਮਕ ਮਿਰਚ ਤਾਂ ਪਰ ਆਪਾਂ ਜਿੰਨਾ ਕਿ ਥੋੜਾ ਥੋੜਾ ਹਲਕਾ ਫੁਲਕਾ ਜਾਂ ਮੈਂ ਕਹ ਬਾਲਾ ਨਹੀਂ ਦਪਹਿਰ ਰੋਟੀ ਖਾ ਕੇ ਫਿਰ ਪਾਣੀ ਦੀ ਬਾਲੀ ਬਲਤੀ ਜੀ ਲੱਗਣ ਲੱਗ ਜਾਂਦੀ ਹੈ ਹਲਕਾ ਫੁਲਕਾ ਜਾਂ ਬਣਾ ਕੇ ਤੇ ਨਾਲ ਪੀ ਲਾਂਗੇ ਦੁਪਹਿਰੇ ਦੁਪਹਿਰੇ ਲੱਸੀ ਦਾ ਗਲਾਸ ਤੇ ਮੈਂ ਕਹਿੰਨੀ ਆਹ ਕਿਆ ਬਾਤਾਂ ਨੇ ਆ ਲੋ ਜੀ ਥੋੜਾ ਜਿਹਾ ਪਾਣੀ ਪਾਇਆ ਤਾਂਕਿ ਇਹਦੀ ਨਾ ਤਰੀ ਜੀ ਬਣ ਜੇ ਤਰੀ ਤਾਂ ਕੀ ਬਣ ਜੇ ਯਾਨੀ ਕਿ ਉਹ ਬਣ ਜਾਣਾ ਹਨਾ ਨਹੀਂ ਤਾਂ ਸੁੱਕੇ ਗੁਲਗਲੇ ਤੁਰੇ ਫਿਰਨਗੇ ਅੱਡੋ ਅੱਡ ਤੇ ਮੈਂ ਕਹਿੰਨੀ ਆ ਫਿਰ ਉਹ ਆਪਾਂ ਨੂੰ ਪਤਾ ਹੀ ਨਹੀਂ ਲੱਗਣਾ ਵੀ ਆਪਾਂ ਗੁਲਗਲੇ ਖਾਈਏ ਕਿ ਤਰੀ ਖਾਈਏ ਆ ਦੇਖੋ ਜੀ ਇਹਨੇ ਛੱੜਤਾ ਜੀ ਕਿਉਂ ਕਿ ਮਲਾਈ ਪਾਈ ਹੋਈ ਸੀ ਵਿੱਚ ਤੇ ਹੁਣ ਆਪਾਂ ਇਹਨਾਂ ਨੂੰ ਪਾ ਦੇਣਾ ਜੀ ਵਿੱਚ ਤੇ ਤੁਸੀਂ ਭਾਈ ਜਰੂਰ ਲਿਖਿਆ ਕਰੋ ਵੀ ਅਸੀਂ ਕਿੱਥੋਂ ਕਿੱਥੋਂ ਕਿਹੜੇ ਕਿਹੜੇ ਪਿੰਡ ਤੋਂ ਦੇਖ ਰਹੇ ਹੋ ਕਿਹੜੇ ਕਿਹੜੇ ਸ਼ਹਿਰ ਤੋਂ ਤੇ ਕਿਹੜੇ ਕਿਹੜੇ ਮੁਲਕ ਤੋਂ ਆਪਣੀ ਵੀਡੀਓ ਦੇਖ ਰਹੇ ਹੋ ਹਨਾ ਬਾਹਰਲੇ ਵੀ ਮੇਰੇ ਨਾਲ ਬਹੁਤ ਜੁੜੇ ਹੋਏ ਜੀ ਆਪ ਦਾ ਦੱਸਦੇ ਹੁੰਦੇ ਸੀ ਕੈਨੇਡਾ ਆਸਟ੍ਰੇਲੀਆ ਹਨਾ ਸਾਰਾ ਕੁਝ ਦੱਸਦੇ ਨੇ ਮੈਨੂੰ ਉਹ ਤੇ ਮੈਨੂੰ ਬੜਾ ਵਧੀਆ ਲੱਗਦਾ ਹੈਗਾ ਆ ਦੇਖੋ ਜੀ ਇਹ ਤਿਆਰ ਹੋਈ ਜਾਂਦਾ ਹਲਕਾ ਫੁਲਕਾ ਜਾਨੂੰ ਹੋਰ ਤਿਆਰ ਹੋ ਜਾਂਦੇ ਹੋ ਮੈਂ ਕਹਿੰਨੀ ਹ ਰਿਜ ਜੇ ਜਾਣਗੇ ਕਿਉਂਕਿ ਇਹ ਨਾ ਮਸਾਲਾ ਵਿੱਚ ਵਰਨਾ ਇਹਨਾਂ ਦੇ ਜ਼ਰੂਰੀ ਹੈ ਨਹੀਂ ਤਾਂ ਫਿਰ ਹੋਰ ਹੀ ਲੱਗੀ ਜਾਂਦੇ ਨੇ ਇਹ ਆ ਦੇਖੋ ਜੀ ਇਹ ਤਿਆਰ ਹੋਈ ਜਾਂਦੇ ਨੇ ਤਿਆਰ ਹੋ ਗਏ ਜਦੋਂ ਤੇ ਆਪਾਂ ਇਹਨਾਂ ਦੇ ਵਿੱਚ ਕੀ ਕਰਨਾ ਜੀ ਥੋੜੀ ਜੀ ਮੇਥੀ ਪਾਉਣੀ ਹੈਗੀ ਹੈ ਮੇਥੀ ਪਾ ਕੇ ਆਪਾਂ ਇਹਨਾਂ ਦੇ ਉੱਤੇ ਪੁਰਕ ਦੇਣੀ ਹੈਗੀ ਹੈ ਹੱਥ ਦੇ ਨਾਲ ਮਸਲ ਕੇ ਮੇਥੀ ਵਧੀਆ ਹੋ ਜਾਂਦੀ ਹੈ ਮਸਲੇ ਤੋਂ ਤੇ ਆਹ ਲੋ ਜੀ ਆਪਣੇ ਹੋ ਗਏ ਜੀ ਕੋਪ ਤੇ ਤਿਆਰ ਤੇ ਮੈਂ ਇਹਨਾਂ ਨੂੰ ਕੱਢ ਕੇ ਟੱਕਣ ਦਾ ਦੂੰ ਜੀ ਟਟਕ ਦੱਬ ਕੇ ਟੱਕਣ ਦਾ ਦੇ ਉਤੇ ਭਾਫਨਾ ਨਿਕਲੇ ਬਾਹਰ ਜਿਓ ਉਹ ਗੱਲ ਹੈ ਜੀ ਤੇ ਆ ਦੇਖੋ ਜੀ ਆਪਾਂ ਡੋਂਗੇ ਚ ਪਾਤਾ ਟੱਕਣ ਦਾ ਤਾਂ ਤੇ ਇਹਨਾਂ ਨੇ ਸਬਜੀ ਨੇ ਹਜੇ ਹੋਰ ਫੁੱਲਣਾ ਹੈ ਠੀਕ ਹੈ ਜੀ ਆ ਦੱਸੋ ਜੀ ਤੁਸੀਂ ਕਿਵੇਂ ਬਣੀ ਤੇ ਆਪਣੇ ਲਾਈਕ ਕਮੈਂਟ ਤੇ ਸ਼ੇਅਰ ਕਰਦੇ ਹੋ ਜੀ ਤੇ ਓਕੇ ਜੀ ਬਾਏ ਬਾਏ